ਹਾਂਜੀ ਦੋਸਤੋ ਮੈਂ ਜੱਸਾ ਮਾੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੀ ਚੈਨਲ ਕਬੱਡੀ 105 ਉਤੇ ਅਤੇ ਜੇਕਰ ਤੁਸੀਂ ਆਪਣੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਕੇ ਰੱਖੋ ਅਤੇ ਆਪਣੇ ਫੇਸਬੁੱਕ ਪੇਜ ਕਬੱਡੀ 105 ਨੂੰ ਵੀ ਲਾਈਕ ਕਰ ਲਓ ਅਤੇ ਇੰਸਟਾਗ੍ਰam ਤੇ ਆਪਾਂ ਨੂੰ ਜ਼ਰੂਰ ਫੋਲੋ ਕਰੋ ਹਾਂਜੀ ਦੋਸਤੋ ਕਰੋ ਨੋਟ ਅੱਜ 18 ਅਕਤੂਬਰ 2021 ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਤਾਂ ਵੀਡੀਓ ਨੂੰ ਤੁਸੀਂ ਪੂਰੀ ਐਂਡ ਤੱਕ ਦੇਖਦੇ ਰਹੋ ਅਤੇ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਅਤੇ ਜਿਹੜੇ ਦੋਸਤਾਂ ਨੇ ਹਜੇ ਤੱਕ ਆਪਣੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਥੱਲੇ ਦਿੱਤੇ ਗਏ ਲਾਲ ਬਟਨ ਨੂੰ ਦਬਕ ਕੇ ਆਪਣੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਕਰ ਲਓ ਅਤੇ ਸਾਹਮਣੇ ਦਿੱਤੇ ਗਏ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਦਬੋ ਅਤੇ ਲਾਈਵ ਦੀ ਜਾਣਕਾਰੀ ਆਪ ਨੂੰ ਵੀਡੀਓ ਦੇ ਐਂਡ ਤੇ ਦਿੱਤੀ ਜਾਵੇਗੀ ਤੁਸੀਂ ਵੀਡੀਓ ਦੇ ਐਂਡ ਤੱਕ ਆਪਣੇ ਨਾਲ ਜੁੜੇ ਰਹੋ ਤਾਂ ਦੋਸਤੋ ਅੱਜ 18 ਅਕਤੂਬਰ 2021 ਨੂੰ ਪਿੰਡ ਕੋਲੀਆ ਖੁਰਦ ਮੋਗਾ ਵਿੱਚ ਕਬੱਡੀ ਕੱਪ ਹੋਵੇਗਾ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਅਤੇ ਕਬੱਡੀ 75 ਕਿਲੋ ਦੇ ਮੈਚ ਵੀ ਹੋਣਗੇ ਕਬੱਡੀ ਓਪਨ ਦਾ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75000 ਰੁਪਏ ਹੋਵੇਗਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਅਤੇ 75 ਕਿਲੋ ਦਾ ਪਹਿਲਾ ਇਨਾਮ 25000 ਰੁਪਏ ਤੇ ਦੂਜਾ ਇਨਾਮ 15000 ਰੁਪਏ ਹੋਵੇਗਾ ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਮਹਿਮੂਦਪੁਰਾ ਨੇੜੇ ਤਾਂਦਰਾ ਜ਼ਿਲ੍ਹਾ ਲੁਧਿਆਣਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਅਤੇ ਇਸ ਦਾ ਪਹਿਲਾ ਇਨਾਮ 52000 ਰੁਪਏ ਤੇ ਦੂਜਾ ਇਨਾਮ 41000 ਰੁਪਏ ਹੋਵੇਗਾ ਤੇ ਤੀਸਰਾ ਇਨਾਮ 31000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਤੇ ਜਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਕੁਲਰੀਆ ਮਾਨਸਾ ਵਿੱਚ ਕਬੱਡੀ ਦੇ ਮੈਚ ਹੋਣਗੇ ਅਤੇ ਇੱਥੇ 18 ਅਕਤੂਬਰ ਅਤੇ 19 ਅਕਤੂਬਰ ਨੂੰ ਮੈਚ ਹੋਣਗੇ ਅਤੇ ਇੱਥੇ ਕਬੱਡੀ 64 ਕਿਲੋ ਦੇ ਮੈਚ ਹੋ ਰਹੇ ਆ ਅੱਜ ਜਿਸ ਦਾ ਪਹਿਲਾ ਇਨਾਮ 11000 ਰੁਪਏ ਤੇ ਦੂਜਾ ਇਨਾਮ 9100 ਰੁਪਏ ਦਿੱਤਾ ਜਾਵੇਗਾ ਇਸ ਤੋਂ ਅੱਗੇ ਦੋਸਤੋ ਅੱਜ ਪਿੰਡ ਨੀਲਾ ਮੇਕ ਸਿੰਘ ਵਿਖੇ ਕਬੱਡੀ ਦੇ ਮੈਚ ਹੋਣਗੇ ਅਤੇ ਇਹ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਇੱਥੇ ਕਬੱਡੀ 68 ਕਿਲੋ ਦੇ ਮੈਚ ਹੋ ਰਹੇ ਆ। ਇਸ ਤੋਂ ਅੱਗੇ ਦੋਸਤੋ ਅੱਜ ਪੰਡ ਪੈਣੀ মিয়া ਖਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ। ਇਸ ਦੋਸਤੋ ਅੱਜ ਹੋਣ ਵਾਲੇ ਕਬੱਡੀ ਦੇ ਮੈਚ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਵਿੱਚ।